ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਕੁਕਿੰਗ ਚੈਨਲ ਕਾਇਨਤ ਕਿਰਨ ਕਿਚਨ ਦੇ ਵਿੱਚ। ਅਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਗਾਜਰ ਦੀ ਖੀਰ। ਗਾਜਰ ਦੀ ਖੀਰ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਅਤੇ ਗਾਜਰ ਦੀ ਖੀਰ ਅੱਜ ਆਪਾਂ ਬਹੁਤ ਹੀ ਆਸਾਨ ਅਤੇ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ। ਅਗਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਬੈਲ ਆਈਕਨ 'ਤੇ ਜ਼ਰੂਰ ਕਲਿੱਕ ਕਰਿਓ, ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਗਾਜਰ ਦੀ ਖੀਰ ਬਣਾਉਣ ਲਈ ਜੀ, ਇੱਥੇ ਮੈਂ 3 ਗਾਜਰਾਂ ਲਈਆਂ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿਆ ਸੀ, ਵਾਸ਼ ਕਰਕੇ ਛਿੱਲ ਲਈਆਂ ਨੇ। ਅਤੇ ਥੋੜ੍ਹੇ ਜਿਹੇ ਡਰਾਈ ਫਰੂਟਸ ਲਏ ਨੇ, ਬਦਾਮ, ਕਾਜੂ ਅਤੇ ਪਿਸਤਾ। ਅਤੇ ਅੱਧਾ ਕੱਪ ਮੈਂ ਲਿਆ ਹੈਗਾ ਜੀ ਚੌਲਾਂ ਦਾ, ਇਹਨਾਂ ਨੂੰ ਮੈਂ 3 ਘੰਟੇ ਪਹਿਲਾਂ ਭਿਗੋ ਕੇ ਰੱਖ ਦਿੱਤਾ ਸੀਗਾ। ਅਤੇ ਨਾਲ ਹੀ 8 ਤੋਂ 9 ਮੈਂ ਕਾਜੂ ਲਏ ਨੇ, ਉਹਨਾਂ ਨੂੰ ਵੀ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੱਤਾ ਸੀਗਾ। ਹੁਣ ਕਾਜੂ ਜਿਹੜੀਆਂ ਗਾਜਰਾਂ ਹੈ ਜੀ, ਆਪਾਂ ਉਹਨਾਂ ਨੂੰ ਇਸ ਤਰ੍ਹਾਂ ਕੱਦੂਕਸ਼ ਕਰ ਲੈਣੀਆਂ ਨੇ। ਅਤੇ ਕੱਦੂਕਸ਼ ਕਰਨ ਲਈ ਮੈਂ ਮੀਡੀਅਮ ਸਾਈਜ਼ ਦੇ ਕੱਦੂਕਸ਼ ਦੀ ਯੂਜ਼ ਕਰ ਰਹੀ ਹਾਂ। ਗਾਜਰਾਂ ਆਪਣੀਆਂ ਕੱਦੂਕਸ਼ ਹੋ ਚੁੱਕੀਆਂ ਨੇ। ਹੁਣ ਗਾਜਰਾਂ ਨੂੰ ਆਪਾਂ ਇੱਕ ਕੜਾਹੀ ਦੇ ਵਿੱਚ ਪਾ ਲੈਣੀਆਂ ਨੇ। ਕੜਾਹੀ ਜਿਹੜੀ ਕਿ ਮੈਂ ਗੈਸ ਦੇ ਉੱਪਰ ਰੱਖ ਦਿੱਤੀ ਸੀ, ਗਾਜਰਾਂ ਉਹਦੇ ਵਿੱਚ ਪਾ ਕੇ ਜੀ ਮੈਂ ਜਿਹੜੀ ਗੈਸ ਦੀ ਫਲੇਮ ਆ ਉਹ ਔਨ ਕਰ ਦਿਆਂਗੀ। ਗੈਸ ਦੀ ਫਲੇਮ ਔਨ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਵਾਂਗੀ ਚੀਨੀ। ਚੀਨੀ ਇੱਥੇ ਮੈਂ ਜ਼ਿਆਦਾ ਨਹੀਂ ਯੂਜ਼ ਕਰ ਰਹੀ, ਕਿਉਂਕਿ ਗਾਜਰਾਂ ਦੇ ਵਿੱਚ ਵੀ ਮਿਠਾਸ ਹੁੰਦੀ ਹੈ। ਤੁਸੀਂ ਆਪਣੇ ਟੇਸਟ ਅਕੋਰਡਿੰਗ ਯੂਜ਼ ਕਰ ਸਕਦੇ ਹੋ, ਤੁਸੀਂ ਕਿਸ ਤਰ੍ਹਾਂ ਘੱਟ ਜਾਂ ਜ਼ਿਆਦਾ ਖਾਣੀ ਪਸੰਦ ਕਰਦੇ ਹੋ। ਇਸ ਤੋਂ ਬਾਅਦ ਜੀ ਮੈਂ ਕੜਾਹੀ ਨੂੰ ਉੱਪਰੋਂ ਕਵਰ ਕਰ ਦਿਆਂਗੀ ਅਤੇ ਗੈਸ ਦੀ ਫਲੇਮ ਬਿਲਕੁਲ ਲੋਅ ਕਰ ਦਿਆਂਗੀ ਅਤੇ 5 ਤੋਂ 6 ਮਿੰਟ ਇਸੇ ਤਰ੍ਹਾਂ ਹੀ ਗਾਜਰਾਂ ਨੂੰ ਜਿਹੜੀਆਂ ਮੈਂ ਮਤਲਬ ਪਕਾ ਲਵਾਂਗੀ। ਇਸ ਦੇ ਨਾਲ ਜਿਹੜੀਆਂ ਗਾਜਰਾਂ ਇਹ ਆਪਣਾ ਜਲਦੀ ਗਲ ਜਾਣਗੀਆਂ। ਦੂਸਰੀ ਸਾਈਡ ਜੀ ਮੈਂ ਮਿਕਸੀ ਦੇ ਇੱਕ ਜਾਰ ਲਿਆ, ਉਹਦੇ ਵਿੱਚ ਜਿਹੜੇ ਚੌਲ ਨੇ ਆਪਣੇ ਕਾਜੂ ਨੇ ਭਿਉਂ ਕੇ ਰੱਖੇ ਸੀ, ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ, ਧੋ ਕੇ ਮੈਂ ਪਾ ਦਿੱਤੇ ਨੇ। ਇੱਥੇ ਆਪਾਂ ਇਹਦੇ ਵਿੱਚ ਚੌਲਾਂ ਦੇ ਵਿੱਚ ਜ਼ਿਆਦਾ ਪਾਣੀ ਐਡ ਨਹੀਂ ਕਰਨਾ ਜੀ। ਜ਼ਿਆਦਾ ਪਾਣੀ ਐਡ ਕਰਾਂਗੇ ਤਾਂ ਜਿਹੜੀ ਇਹਦੀ ਬਿਲਕੁਲ ਪੇਸਟ ਬਣ ਜਾਵੇਗੀ ਚੌਲਾਂ ਦੀ। ਆਪਾਂ ਇੱਥੇ ਚੌਲਾਂ ਦੀ ਪੇਸਟ ਨਹੀਂ ਬਣਾਉਣੀ, ਇਹਨਾਂ ਨੂੰ ਦਰਦਰਾ ਪੀਸਣਾ ਹੈ। ਦਰਦਰਾ ਪੀਸਣ ਲਈ ਜੀ ਆਪਾਂ ਮਿਕਸੀ ਨੂੰ ਇੱਕ ਵਾਰੀ ਚਲਾ ਕੇ ਬੰਦ ਕਰ ਦਿਆਂਗੇ, ਇਸੇ ਤਰ੍ਹਾਂ ਲਗਾਤਾਰ 3 ਵਾਰੀ ਚਲਾ ਕੇ ਬੰਦ ਕਰਕੇ 3 ਵਾਰੀ ਇਸੇ ਤਰ੍ਹਾਂ ਘੁਮਾ ਲਵਾਂਗੇ। ਆਪਾਂ ਇਸ ਤਰ੍ਹਾਂ ਦੀ ਦੇਖੋ ਦਰਦਰੀ ਮਤਲਬ ਚੌਲਾਂ ਦੀ ਪੇਸਟ ਤਿਆਰ ਕਰ ਲੈਣੀ ਹੈ। ਅਗਰ ਆਪਾਂ ਇਹਦੇ ਵਿੱਚ ਪਾਣੀ ਜ਼ਿਆਦਾ ਪਾਵਾਂਗੇ ਤਾਂ ਬਿਲਕੁਲ ਹੀ ਪਿਸ ਜਾਣਗੇ। ਦੂਸਰੀ ਸਾਈਡ ਦੇਖਦੇ ਹਾਂ ਕਿ ਜਿਹੜੀਆਂ ਆਪਣੀਆਂ ਗਾਜਰਾਂ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੈ, ਗਲ ਚੁੱਕੀਆਂ ਨੇ। ਦੇਖੋ ਗਾਜਰਾਂ ਨੇ ਬਹੁਤ ਜ਼ਿਆਦਾ ਪਾਣੀ ਜਿਹੜਾ ਰਿਲੀਜ਼ ਕਰ ਦਿੱਤਾ ਹੈ। ਗਾਜਰਾਂ ਅਤੇ ਚੀਨੀ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਜੀ ਫਿਰ ਆਪਾਂ ਇਹਨੂੰ ਕਵਰ ਕਰਕੇ ਉੱਪਰੋਂ 2 ਤੋਂ 3 ਮਿੰਟ, ਜਦ ਤੱਕ ਆਪਣਾ ਪਾਣੀ ਸੁੱਕ ਜਾਵੇਗਾ ਉਦੋਂ ਤੱਕ ਆਪਾਂ ਪਕਾਵਾਂਗੇ। ਤਿੰਨ ਮਿੰਟ ਲੱਗੇ ਜੀ, ਮੈਂ ਉਹਨੂੰ ਦੁਬਾਰਾ ਫਿਰ ਕਵਰ ਕਰ ਦਿੱਤਾ ਸੀ ਕਿ ਜਿਹੜਾ ਗਾਜਰਾਂ ਵਿੱਚ ਆਪਣਾ ਪਾਣੀ ਉਹ ਸੁੱਕ ਚੁੱਕਾ ਹੈ। ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਜੀ ਦੁੱਧ ਪਾਵਾਂਗੀ। ਦੁੱਧ ਮੈਂ ਇੱਥੇ 1 ਕਿਲੋ ਯੂਜ਼ ਕਰਾਂਗੀ।
ਅੱਧਾ ਦੁੱਧ ਮੈਂ ਪਹਿਲਾਂ ਪਾਵਾਂਗੀ ਅਤੇ ਅੱਧਾ ਦੁੱਧ ਮੈਂ ਬਾਅਦ ਵਿੱਚ ਯੂਜ਼ ਕਰਾਂਗੀ। ਦੁੱਧ ਅਤੇ ਗਾਜਰਾਂ ਨੂੰ ਇੱਥੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ। ਆਪਣੇ ਦੁੱਧ ਨੂੰ ਉਬਾਲਾ ਆ ਚੁੱਕਾ ਹੈ ਜੀ। ਹੁਣ ਮੈਂ ਇਹਦੇ ਵਿੱਚ ਜੋ ਮੈਂ ਪੇਸਟ ਬਣਾਈ ਹੈ ਕਾਜੂ ਦੀ ਅਤੇ ਚੌਲਾਂ ਨੂੰ ਮੈਂ ਦਰਦਰਾ ਪੀਸਿਆ ਸੀ ਉਹ ਪਾ ਦੇਵਾਂਗੀ। ਚੌਲ ਅਤੇ ਕਾਜੂਆਂ ਦੀ ਪੇਸਟ ਪਾਉਣ ਤੋਂ ਬਾਅਦ ਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਅਤੇ ਜੋ ਮਿਕਸੀ ਦਾ ਜਾਰ ਆ ਉਹਨੂੰ ਧੋ ਕੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੀ, ਮੈਂ ਧੋ ਕੇ ਅਤੇ ਉਹਨਾਂ ਨੂੰ ਇਹਦੇ ਵਿੱਚ ਪਾ ਲਵਾਂਗੇ। ਇੱਥੇ ਆਪਾਂ ਜ਼ਿਆਦਾ ਪਾਣੀ ਦਾ ਯੂਜ਼ ਨਹੀਂ ਕਰਾਂਗੇ, ਜਸਟ ਆਪਾਂ ਅੱਧੇ ਗਲਾਸ ਪਾਣੀ ਤੋਂ ਵੀ ਅੱਧਾ ਪਾਣੀ ਯੂਜ਼ ਕਰਾਂਗੇ। ਇਸੇ ਤਰ੍ਹਾਂ ਆਪਾਂ ਹਿਲਾਉਂਦੇ ਹੋਏ ਜੀ ਆਪਾਂ ਇਹਨੂੰ 7 ਤੋਂ 8 ਮਿੰਟ ਲਗਾਤਾਰ ਲੋ ਫਲੇਮ 'ਤੇ ਆਪਾਂ ਗਾਜਰਾਂ ਨੂੰ ਅਤੇ ਚੌਲਾਂ ਨੂੰ ਪਕਾਵਾਂਗੇ। ਸਾਈਡਾਂ 'ਤੇ ਜਿਹੜੀ ਕਰੀਮ ਲੱਗ ਜਾਂਦੀ ਜਿਸ ਤਰ੍ਹਾਂ ਆਪਾਂ ਖੋਆ ਬਣਾਉਂਦੇ ਹਾਂ ਉਸੇ ਤਰ੍ਹਾਂ ਕਿ ਇਹਦੇ ਜਦੋਂ ਆਪਾਂ ਖੀਰ ਬਣਾਉਂਦੇ ਹਾਂ ਸਾਈਡਾਂ 'ਤੇ ਦੁੱਧ ਜਾਂ ਮਲਾਈ ਜੰਮ ਜਾਂਦੀ ਉਹ ਆਪਾਂ ਨਾਲ ਦੀ ਨਾਲ ਉਤਾਰ ਕੇ ਵਿੱਚ ਹੀ ਪਾ ਲੈਣੀ। ਇਸ ਤੋਂ ਬਾਅਦ ਮੈਂ 2 ਲਈਆਂ ਨੇ ਇਲਾਇਚੀਆਂ ਦੀ, ਇਲਾਇਚੀਆਂ ਨੂੰ ਵੀ ਕੁੱਟ ਕੇ ਮੈਂ ਵਿੱਚ ਪਾ ਦਿੱਤਾ ਹੈ। ਦੇਖੋ ਜਿਹੜੀ ਆਪਣੀ ਖੀਰ ਆ ਜੀ ਉਹ ਗਾੜੀ ਹੋਣ ਲੱਗ ਚੁੱਕੀ ਆ। ਲੋਅ ਫਲੇਮ 'ਤੇ ਆਪਾਂ ਪਕਾਵਾਂਗੇ ਜੀ ਆਪਾਂ ਨੇ ਖੀਰ 20 ਮਿੰਟ ਦੇ ਵਿੱਚ ਬਿਲਕੁਲ ਲੋਅ ਫਲੇਮ 'ਤੇ ਬਣ ਕੇ ਤਿਆਰ ਹੋ ਜਾਵੇਗੀ। ਇਹ ਰੈਸਪੀ ਬਹੁਤ ਹੀ ਵਧੀਆ ਆਪਣੀ ਖੀਰ ਆ ਜਿਹੜੀ ਬਣ ਕੇ ਤਿਆਰ ਹੁੰਦੀ ਹੈ, ਤੁਸੀਂ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਿਓ। ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਦੇਖੋ ਆਪਣਾ ਦੁੱਧ ਕਾਫੀ ਗਾੜਾ ਹੋ ਚੁੱਕਾ ਹੈ ਅਤੇ ਖੀਰ ਆਪਣੀ ਰਲਣੀ ਸ਼ੁਰੂ ਹੋ ਗਈ ਆ। ਇਸੇ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇਖਣ ਲਈ ਜੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬੈਲ ਆਈਕੋਨ 'ਤੇ ਜ਼ਰੂਰ ਕਲਿੱਕ ਕਰਿਓ, ਇਸੇ ਤਰ੍ਹਾਂ ਸਪੋਰਟ ਕਰਦੇ ਰਿਹੋ, ਪਿਆਰ ਦਿੰਦੇ ਰਿਹੋ। ਇਸ ਦੇ ਨਾਲ ਹੀ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਜਾਂ ਤੁਸੀਂ ਵੀਡੀਓ ਨੂੰ ਵਿਊ ਕਰਦੇ ਹੋ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ। ਇੱਥੇ ਆਪਣੀ ਖੀਰ ਕਾਫੀ ਗਾੜੀ ਹੋ ਚੁੱਕੀ ਸੀ ਜੀ, ਜਿਹੜਾ ਅੱਧਾ ਬਚਿਆ ਦੁੱਧ ਆ ਮੈਂ ਉਹ ਦੁਬਾਰਾ ਇਹਦੇ ਵਿੱਚ ਕੋਸਾ ਕਰਕੇ ਐਡ ਕਰ ਲਿਆ ਸੀਗਾ। ਇਸੇ ਤਰ੍ਹਾਂ ਫਿਰ ਆਪਾਂ ਇਹਨੂੰ 2 ਉਬਾਲੇ ਹੋਰ ਦਵਾਵਾਂਗੇ। ਦੇਖੋ ਜੀ 2 ਉਬਾਲੇ ਆਉਣ ਤੋਂ ਬਾਅਦ ਖੀਰ ਆਪਣੀ ਬਿਲਕੁਲ ਬਣ ਕੇ ਰੈਡੀ ਆ। ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਡਰਾਈ ਫਰੂਟਸ।
ਇਹ ਮੈਂ ਡਰਾਈ ਫਰੂਟਸ ਸਾਰੇ ਕੱਟ ਲਏ ਆ ਜੀ। ਨਾਲ ਹੀ ਮੈਂ ਲਏ ਨੇ ਪੰਪਕਿਨ ਸੀਡਸ ਲਏ ਨਹੀਂ, ਇੱਥੇ ਕੋਈ ਪੰਪਕਿਨ ਨੂੰ ਕੱਦੂ ਕਹਿ ਦਿੰਦਾ, ਕੋਈ ਪੇਠਾ ਕਹਿ ਦਿੰਦਾ। ਨਾਲ ਹੀ ਮੈਂ ਲਏ ਨੇ ਇਹ ਹੈਗੀਆਂ ਮੇਰੇ ਕੋਲ ਡੇਟਸ, ਇਹ ਡਰਾਈ ਵਾਲੀਆਂ ਮੀਡੀਅਮ ਡਰਾਈ ਵਾਲੀਆਂ ਹੁੰਦੀਆਂ, ਉਹ ਵਾਲੀਆਂ ਯੂਜ਼ ਕਰ ਰਹੀ ਹਾਂ। ਇਹਨਾਂ ਨੂੰ ਇਸ ਤਰ੍ਹਾਂ ਵਿੱਚੋਂ ਇਹਨਾਂ ਦੀਆਂ ਜਿਹੜੇ ਬੀ ਆ ਉਹ ਮੈਂ ਕੱਢ ਲੈਣੀ ਆ, ਅਤੇ ਇਹਨਾਂ ਦੇ ਜਿਹੜੇ ਉੱਪਰੋਂ ਛਿਲਕੇ ਉਹ ਵੀ ਉਤਾਰ ਲਵਾਂਗੀ, ਅਤੇ ਉੱਪਰ ਜਿਹੜੀ ਇਹਨਾਂ ਦੀ ਹਾਰਡ ਵਾਲੀ ਸਾਈਡ ਉਹਨਾਂ ਨੂੰ ਕੱਟ ਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਆਹ ਵਾਲੀ ਇਹਦੀ ਹਾਰਡ ਸਾਈਡ ਆ ਜਿਹੜੀ ਆਪਾਂ ਕੱਟ ਲੈਣੀ ਆ। ਇਹਨਾਂ ਦੇ ਉੱਪਰ ਜਿਹੜੇ ਪੱਤੇ ਉੱਪਰ ਉੱਠੇ ਹੋਏ ਨੇ ਆਪਾਂ ਉਹ ਵੀ ਉਤਾਰ ਕੇ ਇਹਨਾਂ ਨੂੰ ਬਰੀਕ ਬਰੀਕ ਆਪਾਂ ਕੱਟ ਲੈਣਾ ਹੈ। ਇਹਦੇ ਨਾਲ ਜਿਹੜਾ ਖੀਰ ਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ। ਅਗਰ ਤੁਸੀਂ ਚੀਨੀ ਨਹੀਂ ਐਡ ਕਰ ਸਕਦੇ ਤਾਂ ਇਹਨਾਂ ਦੀ ਵੀ ਪੇਸਟ ਬਣਾ ਕੇ ਚੌਲਾਂ ਦੇ ਨਾਲ ਯੂਜ਼ ਕਰ ਸਕਦੇ ਹਾਂ, ਜਿਨ੍ਹਾਂ ਨੂੰ ਸ਼ੂਗਰ ਵਗੈਰਾ ਉਹਨਾਂ ਦੇ ਲਈ ਬਹੁਤ ਬੈਨੀਫਿਸ਼ੀਅਲ ਆ, ਕਿਉਂਕਿ ਇਹਨਾਂ ਦੇ ਵਿੱਚ ਨੈਚੁਰਲ ਸ਼ੂਗਰ ਹੁੰਦੀ ਆ। ਇਸ ਤਰ੍ਹਾਂ ਦੇ ਟੁਕੜਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਕਰ ਲੈਣਾ ਹੈ ਜੀ। ਬਿਲਕੁਲ ਦੇਖੀਏ, ਖੀਰ ਆਪਣੀ ਬਣ ਚੁੱਕੀ ਹੈ ਜੀ। ਚਲੋ ਹੁਣ ਆਪਾਂ ਡਰਾਈ ਫਰੂਟਸ ਵਿੱਚ ਪਾਵਾਂਗੇ। ਦੇਖੋ ਖੀਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਇੱਕ ਗੱਲ ਤੁਹਾਨੂੰ ਮੈਂ ਇੱਥੇ ਹੋਰ ਨੋਟ ਕਰਵਾਉਣੀ ਚਾਹੁੰਦਾ ਹਾਂ ਜੀ, ਜਦੋਂ ਤੁਹਾਡੀ ਖੀਰ ਬਣ ਕੇ ਤੁਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ, ਉਸ ਤੋਂ ਬਾਅਦ ਲਗਾਤਾਰ ਤੁਸੀਂ 1 ਤੋਂ 2 ਮਿੰਟ ਖੀਰ ਨੂੰ ਹਿਲਾਉਂਦੇ ਰਹਿਣਾ ਹੈ। ਹਿਲਾਉਣ ਦਾ ਭਾਵ ਇਹ ਆ ਕਿ ਇਹਦੇ ਉੱਪਰ ਤੁਹਾਨੂੰ ਪਤਾ ਕਿ ਇੱਕ ਪਰਤ ਜੀ ਆ ਜਾਂਦੀ ਹੁੰਦੀ ਹੈ, ਜੇ ਆਪਾਂ 1-2 ਮਿੰਟ ਬਾਅਦ ਇਹਨੂੰ ਵਿੱਚੇ ਦੀ ਭਾਫ਼ ਨਿਕਲਣੀ ਬੰਦ ਹੋ ਜਾਂਦੀ ਹੈ 1-2 ਮਿੰਟ ਤੱਕ, ਉਦੋਂ ਤੱਕ ਇਹਨੂੰ ਹਿਲਾਵਾਂਗੇ ਅਤੇ ਜਿਹੜੇ ਇਹਦੇ ਉੱਪਰ ਉਹ ਪਰਤ ਆ ਫਿਰ ਉਹ ਨਹੀਂ ਆਉਂਦੀ। ਇਸ ਦੇ ਨਾਲ ਜਿਹੜੀ ਆਪਣੀ ਖੀਰ ਆ ਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ। ਸਤਨਾਮ ਨੂੰ ਬਹੁਤ ਪਸੰਦ ਆਈ ਸੀ ਅਤੇ ਮੰਮੀ ਨੂੰ ਵੀ। ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ, ਤੁਹਾਡੇ ਫੈਮਿਲੀ ਮੈਂਬਰ ਬਹੁਤ ਪਸੰਦ ਕਰਨਗੇ। ਅਤੇ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਜ਼ ਦੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਸਪੋਰਟ ਕਰਿਓ, ਬੈਲ ਆਈਕਨ 'ਤੇ ਕਲਿੱਕ ਕਰਿਓ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਦੇ ਨਾਲ। ਤੁਹਾਡੇ ਨਾਲ ਨਵੀਆਂ ਨਵੀਆਂ ਰੈਸਪੀ ਸ਼ੇਅਰ ਕਰਦੀ ਰਹਾਂਗੀ। ਚਲੋ ਹੁਣ ਸਰਵ ਕਰਕੇ ਤੁਹਾਨੂੰ ਦਿਖਾਉਂਦੀ ਹਾਂ ਕਿ ਜਿਹੜੀ ਆਪਣੀ ਖੀਰ ਆ ਮੈਨੂੰ ਵੀ ਬਹੁਤ ਪਸੰਦ ਆਈ। ਮੈਂ ਪਹਿਲਾਂ ਵੀ 2-3 ਵਾਰੀ ਬਣਾਈ ਹੈ ਅਤੇ ਅੱਜ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ। ਜ਼ਰੂਰ ਮੇਰੀ ਰੈਸਪੀ ਨੂੰ ਫੋਲੋ ਕਰਦੇ ਹੋਏ ਰੈਸਪੀ ਜ਼ਰੂਰ ਬਣਾ ਕੇ ਦੇਖਿਓ। ਤੁਹਾਡੇ ਘਰ ਦੇ ਵਿੱਚ ਬੱਚਿਆਂ ਨੂੰ, ਬਜ਼ੁਰਗਾਂ ਨੂੰ ਅਤੇ ਹਰ ਇੱਕ ਤੁਹਾਡੇ ਘਰ ਦੇ ਮੈਂਬਰ ਨੂੰ ਇਹ ਖੀਰ ਬਹੁਤ ਪਸੰਦ ਆਵੇਗੀ। ਜ਼ਰੂਰ ਬਣਾ ਕੇ ਦੇਖੋ ਅਤੇ ਫਿਰ ਮੈਨੂੰ ਦੱਸੋ ਕਮੈਂਟ ਕਰਕੇ ਕਿਸ ਤਰ੍ਹਾਂ ਦੀ ਬਣੀ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਅਤੇ ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਹੋਰ ਰੈਸਪੀ ਸ਼ੇਅਰ ਕਰਦੀ ਰਹੂੰਗੀ। ਜ਼ਰੂਰ ਬਣਾ ਕੇ ਦੇਖਿਓ ਅਤੇ ਮੈਨੂੰ ਦੱਸਿਓ ਫਿਰ ਕਿਸ ਤਰ੍ਹਾਂ ਦੀ ਬਣੀ। ਥੈਂਕ ਯੂ ਸੋ ਮੱਚ ਵਨਸ